फूड नू तोल के खाना जरूरी है जे नहीं वैल इट डिपेंड करता वा कि तुहाडा अपनी बॉडी दे प्रति ते अपने लाइफस्टाइल दे प्रति गोल की आ जे ते तुसी स्पोर्ट्स खेडदे आ अपनी परफॉर्मेंस इंप्रूव करनी आ जां तुसी बॉडी बिल्डिंग करदे आ सर्टेन बॉडी परसेंटेज जिहड़ी तुसी टच करनी हुंदी आ ऑल ईयर अराउंड जां तुसी अपनी फिजीक मस्कुलर जां एथलेटिक टाइप बनाउणी आ ਤਾਂ ਯੈਸ ਤੁਹਾਨੂੰ ਫੂਡ ਤੋਲ ਕੇ ਖਾਣਾ ਪੈਣਾ ਵਾ ਤੁਹਾਡੇ ਲਈ ਬੈਸਟ ਟੂਲ ਹੈਗਾ ਸਕੇਲ ਤੁਸੀਂ ਕੋਈ ਵੀ ਫੂਡ ਬਿਨਾਂ ਸਕੇਲ ਕੀਤੇ ਨਹੀਂ ਖਾਣਾ ਜੇ ਤੁਹਾਡਾ ਗੋਲ ਹੈਗਾ ਸਿਰਫ ਹੈਲਥੀ ਲਿਵਿੰਗ ਕਿ ਭਾਰ ਘਟਾਉਣਾ ਵਾ ਭਾਰ ਵਧਾਉਣਾ ਵਾ ਕੋਈ ਸਪੈਸੀਫਿਕ ਬਾਡੀ ਕੰਪੋਜੀਸ਼ਨ ਦਾ ਗੋਲ ਨਹੀਂ ਹੈਗਾ ਤਾਂ ਤੁਹਾਨੂੰ ਫੂਡ ਤੋਲ ਕੇ ਖਾਣ ਦੀ ਲੋੜ ਨਹੀਂ ਹੈਗੀ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਪੋਰਸ਼ਨ ਸਾਈਜ਼ ਕੀ ਆ ਐਵੇਂ ਅੰਦਾਜ਼ੇ ਨਾਲ ਫੂਡ ਖਾਈ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਉਹਦੇ ਨਾਲ ਕੋਈ ਰਿਜ਼ਲਟ ਨਹੀਂ ਆਉਣਾ ਜੇ ਰਿਜ਼ਲਟ ਆਇਆ ਵੀ ਤਾਂ ਅਕੋਰਡਿੰਗ ਟੂ ਆਪਣੀ ਵਿਸ਼ ਨਹੀਂ ਆਊਗਾ ਹੁਣ ਇਹਦੇ ਲਈ ਤੁਹਾਨੂੰ ਮੈਂ ਬੈਸਟ ਤਰੀਕਾ ਦੱਸੂਗਾ ਕਿ ਤੁਸੀਂ ਆਪਣੇ ਫੂਡ ਦੀ ਮੈਜਰਮੈਂਟ ਕਿਸ ਤਰ੍ਹਾਂ ਕਰਨੀ ਜੇ ਕੱਪ ਲੈ ਲੈਣਾ 250 ਤੋਂ 300 ਐਮਐਲ ਦਾ ਕੱਪ ਹੋਵੇ ਨਾਲ ਤੁਸੀਂ ਇੱਕ ਜਿਹੜਾ ਟੇਬਲ ਸਪੂਨ ਲੈ ਲੈਣਾ ਨਾਲੇ ਤੁਸੀਂ ਇੱਕ ਟੀ ਸਪੂਨ ਲੈ ਲੈਣਾ ਕਿ ਫੂਡ ਦੀ ਮੈਜਰਮੈਂਟ ਤੁਸੀਂ ਕਿਸ ਤਰ੍ਹਾਂ ਕਰਨੀ ਆ ਫੋਰ ਮੇਲ ਫੋਰ ਪ੍ਰੋਟੀਨ ਸੋਰਸ ਤੁਸੀਂ ਪ੍ਰੋਟੀਨ ਸੋਰਸ ਜਿਹੜਾ ਕੋਈ ਵੀ ਆ ਉਹਨੂੰ ਕੁੱਕ ਕਰ ਲੈਣਾ ਤੇ ਉਸ ਨੂੰ 2 ਪੋਟੇ ਜਿੰਨਾ ਸਾਈਜ਼ ਉਸ ਤੋਂ ਬਾਅਦ ਕੱਟ ਕੇ ਉਹਨੂੰ ਕੱਪ ਦੇ ਵਿੱਚ ਤੁਸੀਂ ਪਾ ਲੈਣਾ ਵਾ ਤੇ ਇਦਾਂ ਦੇ ਤੁਸੀਂ 4 ਤੋਂ 5 ਕੱਪ ਜਿਹੜੇ ਤੁਸੀਂ ਰੋਜ਼ ਦੇ ਖਾਣੇ ਨੇ ਤੇ ਜੇ ਤੁਸੀਂ ਪ੍ਰੋਟੀਨ ਸਪਲੀਮੈਂਟ ਯੂਜ਼ ਕਰਦੇ ਆ ਤੇ ਤੁਸੀਂ 1 ਕੱਪ ਪ੍ਰੋਟੀਨ ਸੋਰਸ ਦੇ ਨਾਲ 1.5 ਸਕੂਪ ਜਿਹੜਾ ਵਾ ਸਪਲੀਮੈਂਟ ਉਹਦੇ ਨਾਲ ਤੁਸੀਂ ਰਿਪਲੇਸ ਕਰ ਸਕਦੇ ਆ ਕਾਰਬਸ ਕੁੱਕ ਕੀਤੇ ਹੋਏ ਕਾਰਬਸ ਤੁਸੀਂ ਰੋਜ਼ ਦੇ 2 ਤੋਂ 3 ਜਿਹੜੇ ਕੱਪ ਖਾਣੇ ਨੇ ਜ਼ਿਆਦਾ ਐਕਟਿਵ ਆ ਤੁਸੀਂ 3 ਖਾਣੇ ਆ ਤੁਸੀਂ ਲੈਸ ਐਕਟਿਵ ਆ ਤੁਸੀਂ 2 ਖਾਣੇ ਆ ਐਕਟਿਵ ਨਹੀਂ ਹੈਗੇ ਤੁਸੀਂ ਕਾਰਬਸ ਨਹੀਂ ਖਾਣੇ 2 ਕੱਪ ਫਰੂਟਸ ਰੋਜ਼ ਦੇ ਤੁਸੀਂ ਖਾਣੇ ਨੇ 1 ਇਨ ਦਾ ਮਾਰਨਿੰਗ 1 ਤੁਸੀਂ ਲੰਚ ਦੇ ਵਿੱਚ ਜਾਂ ਜੇ ਤੁਸੀਂ ਵਰਕਆਊਟ ਕਰਦੇ ਆ ਤੇ ਵਰਕਆਊਟ ਤੋਂ ਬਾਅਦ ਉਸ ਤੋਂ ਬਾਅਦ ਕੁੱਕ ਕੀਤੀ ਹੋਈਆਂ ਸਬਜ਼ੀਆਂ 4 ਕੱਪ ਤੁਸੀਂ ਆਪਣੇ ਮੀਲਸ ਦੇ ਨਾਲ ਖਾਣੇ ਨੇ ਵਾਟਰ ਇਨਟੇਕ ਦੇ ਲਈ ਤੁਸੀਂ ਰੋਜ਼ ਦੇ 9 ਤੋਂ 10 ਕੱਪ ਪਾਣੀ ਪੀਣਾ ਗੁੱਡ ਹੈਲਥੀ ਫੈਟਸ ਦੇ ਲਈ ਤੁਸੀਂ ਟੇਬਲ ਸਪੂਨ ਜਿਹੜਾ ਉਹ ਯੂਜ਼ ਕਰਨਾ ਵਾ ਰੋਜ਼ ਦੇ ਤੁਸੀਂ 5 ਤੋਂ 6 ਟੇਬਲ ਸਪੂਨ ਜਿਹੜੇ ਵੈਰਾਈਟੀ ਆਫ ਫੈਟਸ ਖਾਣੀਆਂ ਨੇ ਸੈਲਡ ਡਰੈਸਿੰਗ ਤੇ ਕੁਕਿੰਗ ਆਇਲ ਦੇ ਲਈ ਤੁਸੀਂ ਟੀ ਸਪੂਨ ਯੂਜ਼ ਕਰਨਾ ਵਾ 1 ਟੀ ਸਪੂਨ ਪਰ ਮੀਲ ਪਾਊਡਰ ਸਪਾਈਸਸ ਦੇ ਲਈ ਤੁਸੀਂ 1 ਤੋਂ 2 ਚੁਟਕੀਆਂ ਯੂਜ਼ ਕਰ ਸਕਦੇ ਆ ਪਰ ਮੀਲ ਫੂਡ ਮੈਜਰਮੈਂਟ ਫਾਰ ਫੀਮੇਲ ਤੁਸੀਂ ਰੋਜ਼ ਦੇ 3 ਤੋਂ 4 ਕੱਪ ਕੁਕਡ ਪ੍ਰੋਟੀਨ ਸੋਰਸ ਦੇ ਖਾਣੇ ਨੇ ਤੁਸੀਂ ਪ੍ਰੋਟੀਨ ਸੋਰਸ ਨੂੰ ਕੁੱਕ ਕਰਕੇ 2 ਪੋਟੇ ਜਿੰਨਾ ਸਾਈਜ਼ ਉਸ ਨੂੰ ਕੱਟ ਲੈਣਾ ਵਾ 250 ਤੋਂ 300 ਐਮਐਲ ਦੇ ਕੱਪ ਦੇ ਵਿੱਚ ਉਸ ਨੂੰ ਮਿਥ ਲੈਣਾ ਵਾ ਤੇ ਜੇ ਤੁਸੀਂ ਪ੍ਰੋਟੀਨ ਸਪਲੀਮੈਂਟ ਯੂਜ਼ ਕਰਦੇ ਆ ਤੇ ਤੁਸੀਂ 1.5 ਸਕੂਪ ਪ੍ਰੋਟੀਨ ਸਪਲੀਮੈਂਟ ਲੈ ਸਕਦੇ ਆ ਤੇ ਉਸ ਨੂੰ 1 ਕੱਪ ਪ੍ਰੋਟੀਨ ਸੋਰਸ ਦੇ ਨਾਲ ਰਿਪਲੇਸ ਕਰ ਦੇਣਾ 1 ਤੋਂ 2 ਕੱਪ ਜਿਹੜੇ ਕੁਕਡ ਕਾਰਬਸ ਤੁਸੀਂ ਖਾਣੇ ਨੇ ਜੇ ਤੁਸੀਂ ਜ਼ਿਆਦਾ ਐਕਟਿਵ ਆ 2 ਜੇ ਤੁਸੀਂ ਲੈਸ ਐਕਟਿਵ ਆ 1 ਜੇ ਤੁਸੀਂ ਐਕਟਿਵ ਨਹੀਂ ਹੈਗੇ ਤੇ ਤੁਸੀਂ ਕਾਰਬਸ ਨਹੀਂ ਖਾਣੇ 1 ਕੱਪ ਫਰੂਟਸ ਤੁਸੀਂ ਰੋਜ਼ ਦੇ ਖਾਣੇ ਨੇ ਤੁਸੀਂ ਮਾਰਨਿੰਗ ਵਿੱਚ ਵੀ ਖਾ ਸਕਦੇ ਆ ਜਾਂ ਤੁਸੀਂ ਵਰਕਆਊਟ ਤੋਂ ਬਾਅਦ 3 ਤੋਂ 4 ਕੱਪ ਤੁਸੀਂ ਕੁਕਡ ਵੈਜੀਸ ਖਾਣੀਆਂ ਨੇ ਦਿਹਾੜੀ ਦੀਆਂ ਆਪਣੇ ਮੀਲਸ ਦੇ ਨਾਲ ਤੇ ਤੁਸੀਂ ਰੋਜ਼ ਦੇ 7 ਤੋਂ 8 ਕੱਪ ਪਾਣੀ ਪੀਣਾ ਵਾ ਹੈਲਥੀ ਫੈਟਸ ਦੇ ਲਈ ਤੁਸੀਂ ਟੇਬਲ ਸਪੂਨ ਯੂਜ਼ ਕਰਨਾ ਵਾ ਤੇ ਰੋਜ਼ ਦੇ ਤੁਸੀਂ 4 ਤੋਂ 5 ਟੇਬਲ ਸਪੂਨ ਵੈਰਾਈਟੀ ਆਫ ਗੁੱਡ ਫੈਟਸ ਖਾਣੀਆਂ ਨੇ ਕੁਕਿੰਗ ਆਇਲ ਤੇ ਸੈਲਡ ਡਰੈਸਿੰਗ ਦੇ ਲਈ ਤੁਸੀਂ ਟੀ ਸਪੂਨ ਜਿਹੜਾ ਉਹ ਯੂਜ਼ ਕਰਨਾ ਵਾ 1 ਟੀ ਸਪੂਨ ਪਰ ਮੀਲ ਸਪਾਈਸਸ ਦੇ ਲਈ 1 ਤੋਂ 2 ਚੁਟਕੀ ਤੁਸੀਂ ਪਰ ਮੀਲ ਯੂਜ਼ ਕਰ ਸਕਦੇ ਆ ਸੋ ਇਹ ਆ ਤੁਹਾਡਾ ਸਟਾਰਟਿੰਗ ਪੁਆਇੰਟ ਇਸ ਤਰ੍ਹਾਂ ਤੁਸੀਂ ਆਪਣੇ ਫੂਡ ਦੀ ਮੈਜਰਮੈਂਟ ਕਰ ਸਕਦੇ ਆ ਜੇ ਤੁਹਾਡਾ ਕੋਈ ਸਪੈਸੀਫਿਕ ਬਾਡੀ ਕੰਪੋਜੀਸ਼ਨ ਗੋਲ ਨਹੀਂ ਹੈਗਾ ਜੇ ਤੁਹਾਡਾ ਸਿਰਫ ਹੈਲਥੀ ਲਿਵਿੰਗ ਗੋਲ ਆ ਜੇ ਤੁਸੀਂ ਭਾਰ ਘਟਾਉਣਾ ਵਾ ਤੇ ਭਾਰ ਵਧਾਉਣਾ ਵਾ ਸੋ ਇਹ ਜਿਹੜੀਆਂ ਮੈਜਰਮੈਂਟਸ ਮੈਂ ਤੁਹਾਡੇ ਨਾਲ ਡਿਸਕਸ ਕੀਤੀਆਂ ਇਹ ਹੈਗਾ ਤੁਹਾਡਾ ਸਟਾਰਟਿੰਗ ਪੁਆਇੰਟ ਜੇ ਤੁਸੀਂ ਭਾਰ ਘਟਾਉਣਾ ਵਾ ਤੇ ਤੁਸੀਂ ਕੱਪ ਵਾਲੇ ਪੋਰਸ਼ਨ ਦੇ ਵਿੱਚੋਂ ਅੱਧਾ ਅੱਧਾ ਕੱਪ ਘਟਾ ਦੇਣਾ ਵਾ ਫਰੂਟਸ ਤੇ ਵੈਜੀਸ ਦੇ ਪੋਰਸ਼ਨ ਨੂੰ ਤੁਸੀਂ ਟੱਚ ਨਹੀਂ ਕਰਨਾ ਉਸ ਤੋਂ ਬਾਅਦ 1 ਸਪੂਨ ਤੁਸੀਂ ਸਪੂਨ ਵਾਲੇ ਜਿਹੜਾ ਪੋਰਸ਼ਨ ਸਾਈਜ਼ ਆ ਉਹਦੇ ਵਿੱਚੋਂ ਘਟਾ ਦੇਣਾ ਐਵਰੀ 2 ਵੀਕਸ ਆਪਣੀ ਪ੍ਰੋਗਰੈਸ ਚੈੱਕ ਕਰੋ ਜੇ ਪ੍ਰੋਗਰੈਸ ਨਹੀਂ ਹੋ ਰਹੀ ਤੇ ਸੇਮ ਪ੍ਰੋਸੀਜਰ ਅਗੇਨ ਤੇ ਇਸੇ ਤਰ੍ਹਾਂ ਜੇ ਤੁਸੀਂ ਭਾਰ ਵਧਾਉਣਾ ਵਾ ਤੇ ਤੁਸੀਂ ਕੱਪ ਵਾਲੇ ਪੋਰਸ਼ਨ ਦੇ ਵਿੱਚੋਂ ਅੱਧਾ ਅੱਧਾ ਕੱਪ ਵਧਾ ਦੇਣਾ ਤੇ ਸਪੂਨ ਵਾਲੇ ਪੋਰਸ਼ਨ ਦੇ ਵਿੱਚੋਂ ਵੀ 1-1 ਸਪੂਨ ਜਿਹੜਾ ਉਹ ਵਧਾ ਦੇਣਾ ਐਵਰੀ 2 ਵੀਕਸ ਆਪਣੀ ਪ੍ਰੋਗਰੈਸ ਚੈੱਕ ਕਰੋ ਜੇ ਪ੍ਰੋਗਰੈਸ ਹੋ ਰਹੀ ਆ ਦੈਨ ਇਟਸ ਗੁੱਡ ਜੇ ਨਹੀਂ ਹੋ ਰਹੀ ਤੇ ਸੇਮ ਪ੍ਰੋਸੀਜਰ ਅਗੇਨ ਹੁਣ ਇਹ ਤਰੀਕਾ ਨਾ ਦੇ ਕਿਸੇ ਬੁੱਕ ਦੇ ਵਿੱਚ ਲਿਖਿਆ ਵਾ ਨਾ ਹੀ ਮੈਂ ਤੁਹਾਨੂੰ ਕੋਈ ਗੂਗਲ ਮਾਰ ਕੇ ਦੱਸ ਰਿਹਾ ਵਾਂ ਇਹ ਤਰੀਕਾ ਮੈਂ ਆਪਣੇ ਖੁਦ ਦੇ ਐਕਸਪੀਰੀਅੰਸ ਤੋਂ ਸਿੱਖਿਆ ਵਾ ਤੇ ਇੱਕ ਗੱਲ ਦਾ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਵਾਂ ਕਿ ਜੇ ਤੁਸੀਂ ਇਹ ਤਰੀਕਾ ਪ੍ਰੋਪਰਲੀ ਫੋਲੋ ਕਰੋਗੇ ਜਿੱਦਾਂ ਮੈਂ ਮੈਂਸ਼ਨ ਕੀਤਾ ਵਾ ਇਹ ਤਰੀਕਾ ਬਿਲਕੁਲ ਕੰਮ ਕਰੂਗਾ ਤੇ ਇਸ ਨੂੰ ਸਭ ਤੋਂ ਈਜ਼ੀ ਆ ਫੋਲੋ ਕਰਨਾ ਬਟ ਇਹ ਤਰੀਕਾ ਸਿਰਫ ਤੇ ਸਿਰਫ ਹੈਲਥੀ ਲਿਵਿੰਗ ਦੇ ਲਈ ਆ ਜੇ ਤੁਹਾਡਾ ਕੋਈ ਬਾਡੀ ਨੂੰ ਲੈ ਕੇ ਸਪੈਸੀਫਿਕ ਗੋਲ ਆ ਉਹਦੇ ਲਈ ਤੁਹਾਨੂੰ ਸਕੇਲ ਯੂਜ਼ ਕਰਨ ਦੀ ਲੋੜ ਆ ਠੀਕ ਆ ਜੀ ਸਤਿ ਸ਼੍ਰੀ ਅਕਾਲ